देखने जरूर आओ जी, ऐतकी टूरनामेंट वधिया होगा। ये किन्ने साल बाद मतलब हो रहा है जी हुण टूरनामेंट है जिहड़ा? ये तकरीबन 3 साल तो रुकावट पई हुई सी। अच्छा, 3 साल बाद हुण दोबारा हो रहा है जी। ਸਤਿਕਾਰ ਜੀ, ਅੱਜ ਆਪਾਂ ਪਹੁੰਚੇ ਦੀ ਕਿਲਾ ਰਾਏਪੁਰ ਦੀਆਂ ਖੇਡਾਂ ਦੇਖਣ, ਜਿਹੜੀ ਆਪਾਂ ਨੂੰ ਕਿਤਾਬਾਂ 'ਚ ਪੜ੍ਹਾਈ ਜਾਂਦੀਆਂ ਤੀਆਂ। ਜਦੋਂ ਅਸੀਂ ਦੇਖਿਆ ਇੱਥੇ ਵੀ ਤਾਂ ਚਲੋ ਆਪਣੇ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ, ਵੀ ਉਹ ਵਿਰਾਸਤੀ ਖੇਡਾਂ ਕਿਉਂ ਨਹੀਂ ਹੋ ਰਹੀਆਂ, ਅਤੇ ਅਸੀਂ ਇਸ 'ਤੇ ਗੱਲਬਾਤ ਕਰਨੀ ਚਾਹੀਦੀ। ਸਾਡੇ ਨਾਲ ਹੁਣ ਇੱਥੇ ਕਮੇਟੀ ਦੇ ਜਿਹੜੇ ਮੇਨ ਮੈਂਬਰ ਨੇ, ਸਪੋਰਟਸ ਕਮੇਟੀ ਦੇ, ਉਹ ਵੀ ਸਾਡੇ ਨਾਲ ਇੰਨਾ ਗੱਲਬਾਤ ਕਰਾਵਾਂਗੇ ਆਪਾਂ ਵੀ ਖੇਡਾਂ ਬਾਰੇ, ਉਹ ਵੀ ਪੁਰਾਣੀਆਂ ਖੇਡਾਂ ਨੇ ਜਿਹੜੀਆਂ ਆਪਾਂ ਕਿਤਾਬਾਂ 'ਚ ਪੜ੍ਹਦੇ ਹਾਂ ਵੀ ਕਦੋਂ ਹੋ ਜਾ ਰਹੀਆਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀਆਂ ਆਪਣੀਆਂ ਪੁਰਾਣੀਆਂ ਖੇਡਾਂ ਨੇ, ਇਹ ਕਦੋਂ ਹੋਣ ਜਾ ਰਹੀਆਂ ਨੇ ਜੀ, ਕਿੰਨੀ ਤਰੀਕ ਨੂੰ? ਇਹ ਖੇਡਾਂ 3, 4, 5 ਫਰਵਰੀ ਨੂੰ ਕਿਲਾ ਰਾਏਪੁਰ ਸਟੇਡੀਅਮ 'ਚ ਹੋ ਰਹੀਆਂ ਨੇ। ਠੀਕ ਹੈ, ਠੀਕ ਹੈ। ਜਿਹੜੀ ਆਪਣੀ ਇਹ ਮਤਲਬ ਕਿਤਾਬਾਂ 'ਚ ਪੜ੍ਹਾਈ ਜਾਂਦੀ ਖੇਡਾਂ ਜੀ, ਹਾਂਜੀ, ਉਹੀ ਖੇਡਾਂ ਹੋਣ ਜਾਣੀ? ਉਹੀ ਖੇਡਾਂ ਜੀ, ਪੁਰਾਣੀਆਂ ਜੀ, ਜਿਹੜਾ ਪੁਰਾਣਾ ਟੂਰਨਾਮੈਂਟ ਚੱਲ ਰਿਹਾ। ਠੀਕ ਹੈ, ਜਿਹੜੇ ਵਿਰਾਸਤੀ ਖੇਡਾਂ ਪੁਰਾਣੀ ਨੇ, ਕਿਹੜੇ ਕਿਹੜੇ ਮੁਕਾਬਲੇ ਹੋਣ ਜਾ ਰਹੀ ਹੈ ਜੀ ਇਹਦੇ ਵਿੱਚ? ਹਾਕੀ, ਕਬੱਡੀ, ਰੱਸਾਕਸ਼ੀ, ਐਥਲੈਟਿਕਸ, ਸਾਰੇ ਦੂਜੇ ਕਰਤੱਬ ਵੀ ਹੋਣਗੇ। ਇਹ 3 ਦਿਨਾਂ ਦੀਆਂ ਖੇਡਾਂ ਜੀ? ਇਹ ਕਿੰਨੇ ਦਿਨ? 3 ਦਿਨ। ਠੀਕ ਹੈ। ਜੇ ਕੋਈ ਮਤਲਬ ਰਹਿਣ ਸਹਿਣ ਦਾ ਪ੍ਰਬੰਧ, ਰੋਟੀ ਟੁੱਕ ਦਾ ਪ੍ਰਬੰਧ? ਰੋਟੀ ਟੁੱਕ ਦਾ ਪ੍ਰਬੰਧ ਵੀ ਹੋਊਗਾ, ਰਹਿਣ ਸਹਿਣ ਦਾ ਪ੍ਰਬੰਧ ਵੀ ਹੋਊਗਾ। ਠੀਕ ਹੈ। ਅਤੇ ਗਰਾਊਂਡ ਵੀ ਤੁਸੀਂ ਦੇਖ ਸਕਦੇ ਹੋ, ਪੁਰਾਣਾ ਗਰਾਊਂਡ ਆ ਜਿੱਥੇ ਪੁਰਾਣੀਆਂ ਵਿਰਾਸਤੀ ਖੇਡਾਂ ਹੁੰਦੀਆਂ ਨੇ, ਅਤੇ ਖੇਡਾਂ ਜਿਹੜੀਆਂ ਕਿਤਾਬਾਂ 'ਚ ਪੜ੍ਹਾਈ ਜਾਂਦੀਆਂ, ਅਸੀਂ ਪਹਿਲਾਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਕਿਤਾਬਾਂ 'ਚ ਖੇਡਾਂ। ਹਾਂਜੀ ਹਾਂਜੀ। ਸਾਨੂੰ ਚਾਹਿਆ ਵੀ ਅਸੀਂ ਵੀ ਦੇਖ ਕੇ ਆਈਏ ਖੇਡਾਂ ਇੱਕ ਵਾਰ, ਜਦੋਂ ਇੱਥੇ ਦੇਖਿਆ ਵੀ ਤਾਂ ਟੂਰਨਾਮੈਂਟ ਚੱਲਦਾ, ਸਾਨੂੰ ਵੀ ਉਸ ਲੈਵਲ ਦੀਆਂ ਖੇਡਾਂ ਇਹ ਨਹੀਂ ਜਿਹੜੇ ਲੈਵਲ ਦੀਆਂ ਹੁੰਦੀਆਂ ਨੇ, ਫਿਰ ਆਪਾਂ ਨੇ ਆਖਿਆ ਵੀ ਮਨ 'ਚ ਡਾਊਟ ਕਿਉਂ ਰੱਖਣਾ ਪਿਆ, ਆਪਾਂ ਗੱਲਬਾਤ ਕਰਦੇ ਹਾਂ। ਸਾਨੂੰ ਤੁਸੀਂ ਮਿਲ ਗਏ, ਧੰਨਵਾਦ ਜੀ ਤੁਹਾਡਾ ਗੱਲਬਾਤ। ਥੈਂਕ ਯੂ ਜੀ। ਅਤੇ ਬਾਕੀ ਇਹ ਇਹਦੇ ਵਿੱਚ ਕੋਈ ਬਾਹਰੋਂ ਵੀ ਸਹਿਯੋਗ ਕਰਦੇ ਆ ਜੀ? ਬਾਹਰੋਂ, ਹਾਂਜੀ, ਸਾਡੇ ਸੱਜਣ ਮਿੱਤਰ ਜਿਹੜੇ ਕੈਨੇਡਾ, ਅਮਰੀਕਾ ਅਸੀਂ ਜਾਂ ਕਿਸੇ ਵੀ ਕੰਟਰੀ 'ਚ ਬੈਠੇ ਨੇ, ਉਹ ਸਾਨੂੰ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ। ਇਹ ਖੇਡਾਂ ਵਿੱਚ ਨਹੀਂ ਵੀ ਹੋਈਆਂ ਵਿੱਚ ਸਾਲ? 1-2 ਸਾਲ ਤਾਂ ਵਿੱਚ ਕਰੋਨਾ ਕਰਕੇ ਨਹੀਂ ਹੋਈਆਂ ਜੀ। ਠੀਕ ਹੈ ਜੀ। ਅਤੇ ਬਹੁਤ ਧੱਕਾ ਕੀਤਾ ਬਾਈ, ਜਿਹੜੇ ਆਪਣੇ ਪੁਰਾਣੀਆਂ ਖੇਡਾਂ ਵਿਰਾਸਤ ਖੇਡਾਂ ਨੇ, ਨਾਲੇ ਕਿਲਾ ਰਾਏਪੁਰ ਆਪਣੀਆਂ ਵਿਰਾਸਤ 'ਚ ਆਉਂਦੀਆਂ ਖੇਡਾਂ ਨੇ ਜੀ। ਹਾਂਜੀ, ਬਹੁਤ ਪਲੇਅਰ ਵੀ ਬਹੁਤ ਨਾਰਾਜ਼ ਹੋਏ, ਇਲਾਕੇ ਦੇ ਲੋਕਾਂ ਨੇ ਵੀ ਇਸ ਗੱਲ ਦਾ ਬਹੁਤ ਬੁਰਾ ਮਨਾਇਆ। ਹਾਂਜੀ ਹਾਂਜੀ, ਸਾਨੂੰ ਅਸੀਂ ਵੀ ਦੇਖ ਲਿਆ, ਐਡੀ ਚੱਲ ਕੇ ਆਏ ਜੀ, ਐਡੀ ਦੂਰੋਂ ਵੀ ਸਪੈਸ਼ਲ ਕਿਲਾ ਰਾਏਪੁਰ ਦੇ ਖੇਡਾਂ ਦੇਖਣ ਜੀ। ਬਹੁਤ ਬਹੁਤ ਵਧੀਆ, ਥੈਂਕ ਯੂ ਤੁਹਾਡਾ ਆਇਆਂ ਦਾ। ਹਾਂਜੀ ਹਾਂਜੀ। ਅਤੇ 3-4 ਫਰਵਰੀ ਉਹਦੇ ਦੁਬਾਰੇ ਵੀ ਆਵਾਂਗੇ, ਕੋਈ ਗੱਲ ਨਹੀਂ ਜੀ। ਹਾਂਜੀ, ਟੂਰਨਾਮੈਂਟ ਦੇਖਣ ਜ਼ਰੂਰ ਆਓ ਜੀ, ਐਤਕੀ ਟੂਰਨਾਮੈਂਟ ਵਧੀਆ ਹੋਊਗਾ। ਇਹ ਕਿੰਨੇ ਸਾਲ ਬਾਅਦ ਮਤਲਬ ਹੋ ਰਿਹਾ ਜੀ ਹੁਣ ਟੂਰਨਾਮੈਂਟ ਇਹ ਜਿਹੜਾ? ਇਹ ਤਕਰੀਬਨ 3 ਸਾਲ ਤੋਂ ਰੁਕਾਵਟ ਪਈ ਹੋਈ ਸੀ। ਅੱਛਾ, 3 ਸਾਲਾਂ ਬਾਅਦ ਹੁਣ ਦੁਬਾਰੇ ਹੋ ਰਿਹਾ ਜੀ। ਤੁਸੀਂ ਇੱਧਰ ਵੀ ਦੇਖ ਸਕਦੇ ਹੋ ਬਾਈ ਨੂੰ, ਕਿਹੜਾ ਮਾੜਾ ਗਰਾਊਂਡ 'ਚ ਮਾਰ ਕੇ ਦਿਖਾ, ਜਦੋਂ ਤਿਆਰੀ ਹੋ ਰਹੀ ਨੇ ਖੇਡਣ ਦੀ। ਅਤੇ ਦੇਖ ਸਕਦੇ ਹੋ ਗਰੋ ਸਟੇਡੀਅਮ ਜਿਹੜਾ ਤਿਆਰ ਹੋ ਰਿਹਾ ਹੈਗਾ ਇੱਥੇ, ਅਤੇ ਇਹਨਾਂ ਨੇ ਆਪਣੀ ਪੁਰਾਣੀ ਵਿਰਾਸਤ ਆ ਜਿਹੜੀ ਉਹਨੂੰ ਸਾਂਭ ਕੇ ਰੱਖਿਆ ਹੋਇਆ, ਜਿਹੜਾ ਆਪਣੇ ਸਾਹਮਣੇ ਤੁਸੀਂ ਦੇਖ ਸਕਦੇ ਹੋ, ਆਪਾਂ ਦਿਖਾਵਾਂਗੇ ਬਾਅਦ 'ਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਨੇ ਜਿਹੜੀਆਂ, ਉਹਦੇ ਸਪੈਸ਼ਲ ਫੋਟੋਆਂ ਵੀ ਲਾਈ ਹੋਈ ਨੇਗੀਆਂ, ਅਤੇ ਬਲਦਾਂ ਦੀਆਂ ਦੌੜਾਂ ਵੀ ਹੋਣਗੀਆਂ ਇੱਥੇ। ਬਲਦਾਂ ਦੀਆਂ ਦੌੜਾਂ ਸ਼ਾਇਦ ਲੱਗੇ ਹੋਏ ਹਾਂ ਅਸੀਂ, ਮਿਹਨਤ ਕਰਨ ਉੱਪਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਆ, ਜੇ ਸਾਨੂੰ ਉਹਨਾਂ ਨੇ ਪਰਮਿਸ਼ਨ ਦੇਤੀ ਫਿਰ ਜ਼ਰੂਰ ਭਜਾਵਾਂਗੇ। ਕਿਉਂਕਿ ਜਿਹੜੇ ਆਪਣੇ ਕਬੱਡੀ, ਕ੍ਰਿਕਟ, ਹਾਕੀ, ਚੱਲ ਖੇਡਾਂ ਇਹ ਵੀ ਵਧੇ ਨੇ, ਇਹ ਆਪਣੀ ਆਮ ਖੇਡਾਂ ਹੈਗੀਆਂ, ਜਿਹੜੇ ਵਿਰਾਸਤੀ ਖੇਡਾਂ ਨੇ ਆਪਣੀਆਂ ਬਲਦਾਂ ਦੀ ਦੌੜਾਂ ਜੀ, ਰੱਸਾਕੱਸੀ, ਇਹ ਖੇਡਾਂ ਜਿਹੜੀਆਂ ਇਹ ਇਹਨਾਂ ਕਰਕੇ ਕਿਲਾ ਰਾਏਪੁਰ ਜਿਹੜਾ ਮਸ਼ਹੂਰ ਆਪਣਾ, ਅਤੇ ਇਹ ਖੇਡਾਂ ਜੀ ਦੇਖਣਾ ਚਾਹੁੰਦੇ ਨੇ ਲੋਕ ਜੀ। ਹਾਂਜੀ ਹਾਂਜੀ, ਵਧੀਆ ਹੋਣਗੀਆਂ ਜੀ ਸਾਰਾ ਇਹ। ਅਤੇ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਦਰਸ਼ਕਾਂ ਨੂੰ? ਅਸੀਂ ਤਾਂ ਇਹ ਕਹਿੰਦੇ ਹਾਂ ਵੀ ਸਾਡੀਆਂ ਟੂਰਨਾਮੈਂਟ ਵਧੀਆ ਹੋਵੇ, ਲੋਕ ਸਹਿਯੋਗ ਵੀ ਬਹੁਤ ਦੇਣਗੇ, ਅਤੇ ਇਲਾਕਾ ਵੀ ਬਹੁਤ ਖੁਸ਼ੀ ਮਨਾਊਗਾ। ਹਾਂਜੀ ਹਾਂਜੀ, ਨਾਲੇ ਆਪਣਾ ਜਿਹੜੀ ਵਿਰਾਸਤ ਵੀ ਜਿਹੜੀ ਆਪਣੀ ਜਿਉਂਦੀ ਰਹਿ ਜੂ ਜੀ, ਕਿਉਂਕਿ ਕਿਲਾ ਰਾਏਪੁਰ ਇੱਕ ਵਿਰਾਸਤ ਆ, ਇਹ ਖੇਡ ਟੂਰਨਾਮੈਂਟ ਨਹੀਂ, ਇੱਕ ਵਿਰਾਸਤ ਬਣ ਗਈ ਆਪਣੀ। ਹਾਂਜੀ, ਇੱਕ ਵਾਰੀ ਟੂਰਨਾਮੈਂਟ ਸ਼ੁਰੂ ਹੋ ਜਾਵੇ ਫਿਰ ਚੱਲੂਗਾ ਜੀ। ਅਤੇ ਆਪਾਂ ਵੀ ਕਹਿੰਦੇ ਵੀ ਆਪਣੀ ਵਿਰਾਸਤ ਜਿਹੜੀ ਆ ਜਿਉਂਦੀ ਰਹਿਣੀ ਚਾਹੀਦੀ, ਕਿਉਂਕਿ ਆਪਣੀਆਂ ਪੁਰਾਣੀਆਂ ਖੇਡਾਂ ਜਿਵੇਂ ਰੱਸਾਕੱਸੀ ਦੇ ਮੁਕਾਬਲੇ, ਦੌੜਾਂ ਦੇ ਮੁਕਾਬਲੇ, ਕੁਸ਼ਤੀਆਂ ਵਗੈਰਾ, ਇਹ ਅਲੋਪ ਹੁੰਦੇ ਜਾ ਰਹੇ ਨੇ, ਇਹਨਾਂ ਨੂੰ ਜਿਉਂਦਾ ਰੱਖਣ ਲਈ ਕਿਲਾ ਰਾਏਪੁਰ ਦਾ ਜਿਹੜਾ ਬਹੁਤ ਵੱਡਾ ਸਹਿਯੋਗ ਆ, ਅਤੇ ਇਸ ਤਰ੍ਹਾਂ ਬਰਕਰਾਰ ਰਹੂਗਾ। ਇਸ ਸਾਲ 3-4 ਫਰਵਰੀ ਨੂੰ ਹੋਣ ਜਾ ਰਹੇ ਨੇ। 3-4-5 ਫਰਵਰੀ 3-4-5 ਫਰਵਰੀ ਠੀਕ ਹੈ ਜੀ। ਅਤੇ ਤੁਹਾਡਾ ਕੋਈ ਸੰਪਰਕ ਨੰਬਰ ਜੀ, ਕੋਈ ਖੇਡ ਬਾਰੇ ਕੋਈ ਪੁੱਛਣਾ ਚਾਹੁੰਦਾ ਹੋਵੇ, ਕੋਈ ਪੋਸਟਰਾਂ 'ਤੇ ਹੈਗਾ ਜੀ? ਪੋਸਟਰਾਂ 'ਤੇ ਵੀ ਹੈਗਾ, 98-150-83-672 98-150-83-672 ਇਹ ਨੰਬਰ 'ਤੇ ਫੋਨ ਕਰਕੇ ਤੁਸੀਂ ਵੀ ਜਾਣਕਾਰੀ ਲੈ ਸਕਦੇ ਹੋ, ਕੋਈ ਵੀ ਜਿਹੜੀ ਲੈਣੀ ਹੈਗੀ। ਅਤੇ ਧੰਨਵਾਦ ਜੀ, ਵੀਡੀਓ ਵਧੀਆ ਲੱਗੀ, ਅੱਗੇ ਵੀ ਸ਼ੇਅਰ ਕਰਿਓ, ਨਾਲੇ ਆਪਣੇ ਕਰ ਲਿਓ ਪੇਜ ਨੂੰ ਫੋਲੋ। ਥੈਂਕ ਯੂ।